ਆਸਲਾਮੁਅਲੈਕਮ ਕੀ ਹਾਲ ਹੈ ਸਭ ਦੋਸਤਾਂ ਦਾ ਉਮੀਦ ਕਰਨਾ ਜਨਾਬ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਔਰ ਮੈਂ ਮੁਹੰਮਦ ਦਰਸ਼ਦ ਗੁਜਰਾਤ ਪਾਕਿਸਤਾਨ ਤੋਂ ਇੱਕ ਨਵਾਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ ਔਰ ਵੀਡੀਓ ਦਾ سلسلہ ਤਕਰੀਬਨ ਚੱਲ ਰਹੀ ਹੈ ਔਰ ਮੇਰੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਮੈਂ ਤੁਹਾਨੂੰ ਮਾਲੂਮਾਤ ਦੇ ਰਿਹਾ ਔਰ ਇਨਸ਼ਾਅੱਲਾ ਦਿੰਦਾ ਰਵਾਂਗਾ ਜਿੰਨਾ ਕੋ ਮੈਨੂੰ ਪਤਾ ਹੁੰਦਾ ਮੈਂ ਜ਼ਰੂਰ ਤੁਹਾਡੇ ਤੱਕ ਸ਼ੇਅਰ ਕਰਨਾ ਔਰ ਅੱਜ ਵੀ ਮਨੂੰ ਕੁਦਰਤੀ ਮੈਂ ਕਾਲ ਕੀਤੀ ਸੀ ਅੰਬੈਸੀ ਵਿੱਚ ਤੇ ਮੈਨੂੰ ਪਤਾ ਲੱਗਾ ਕਿ ਉੱਥੇ ਟਾਈਮ ਕੁਝ ਚੇਂਜ ਹੋ ਗਏ ਨੇ ਤੇ ਇਸ ਵਾਸਤੇ ਅੱਜ ਦੀ ਵੀਡੀਓ ਅੰਬੈਸੀ ਦੇ ਮੌਜੂਦ ਤੇ ਹੋਵੇਗੀ ਉਹ ਵੀ ਖਾਸ ਕਰ ਜਿਹੜੇ ਬੰਦੇ 스ਵੇਡਨ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਅਗਰ ਜਾਣ ਕੇ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਆਂਡ ਹੋਵੇਗੀ ਤੇ ਇਸ ਵਾਸਤੇ ਮੈਂ ਕਿਹਾ ਚਲੋ ਇੱਕ ਛੋਟਾ ਜਿਹਾ ਵੀਡੀਓ ਬਣਾ ਦਵਿਏ ਤਾਂ ਕਿ ਕੁਝ ਬੰਦਿਆਂ ਨੂੰ ਨਹੀਂ ਪਤਾ ਇੱਥੇ ਦੇ ਰੂਲਸ ਦਾ ਕਿ ਉਹਨਾਂ ਨੇ ਚੇਂਜਿੰਗ ਕੀਤੀ ਲਿਆ ਜਾ ਇਸ ਵਾਸਤੇ ਮੈਂ ਕਿਹਾ ਇੱਕ ਵੀਡੀਓ ਸ਼ੇਅਰ ਕਰ ਦੀ ਤੇ ਦੋਸਤੋ ਅੰਬੈਸੀ ਦੀ ਗੱਲ ਜਿੱਤੋਂ ਤਾਂ ਕੀਤੀ ਜਾਂਦੀ ਹੈ ਨਾ ਮੈਂ ਯੂਨਾਨ ਵੀ ਵੇਖਿਆ ਔਰ ਨਾ ਮੁਲਕਾਂ 'ਚ ਵੀ ਵੇਖਿਆ ਬੜੀਆਂ ਲੰਮੀਆਂ ਲੈਣਾ ਲੱਗੀਆਂ ਹੁੰਦੀਆਂ ਨੇ ਤੁਸੀਂ ਯਕੀਨ ਨਹੀਂ ਕਰਨਾ ਯੂਨਾਨ ਤੇ ਮਨੁਈਏ ਯਾਦ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ਤੇ ਕੋਈ 17 18 ਸਾਲ ਕੱਢੇ ਨੇ ਉਥੇ ਤੇ ਤਾਂ ਕੋਈ ਦੋਸਤ ਕਹਿੰਦੇ ਨੇ ਨਾ ਯਾਰ ਤੂੰ ਸੀ ਕਿਕਰ ਆਇਓ ਐਥੇ ਆ ਲੀਗਲ ਹੋ ਇਹ ਉਹ ਸਰ ਜੀ ਅਨਲੀਗਲ ਨਹੀਂ ਅਸੀਂ ਯੂਰਪ ਵਿੱਚ ਕੋਈ 18 ਕੁ ਸਾਲ 17 ਗੁਜ਼ਾਰੇ ਨੇ ਫਿਰ ਜਾ ਕੇ ਇੱਕ ਕਾਰਡ ਮਿਲਦਾ ਤੇ ਉਹ ਬਰਹਾਲ ਮੈਂ ਉਸ ਮੌਜੂਦ ਤੇ ਵੀ ਇਨਸ਼ਾਅੱਲਾ ਬਹੁਤ ਜਲਦ ਬਣਾਵਾਗਾ ਵੀਡੀਓ ਕਿ ਕਿਸ ਤਰ੍ਹਾਂ ਕਿਹੜਾ ਕਾਰਡ ਚਾਹੀਦਾ ਸਾਰੇ ਕਾਰਡ ਐਥੇ ਨਹੀਂ ਮਸਲਨ ਰੈਜ਼ੀਡੈਂਟ ਪਰਮਨੈਂਟ ਜਿਹੜਾ ਉਹ ਚਾਹੀਦਾ ਹੁੰਦਾ ਤੇ ਲਿਹਾਜ਼ਾ ਜਨਾਬ ਯੂਨਾਨ ਦੀ ਗੱਲ ਕਰ ਰਹੀ ਸੀ ਕਿ ਉੱਥੇ ਤਕਰੀਬਨ 18 ਕੋਸ਼ਾਲ ਜ਼ਿੰਦਗੀ ਤੇ ਕੱਢੇ ਨੇ 17 18 ਸਾਲ ਔਰ ਜਿਸ ਵੇਲੇ ਜਾਇਦਾ ਸੀ ਨਾ ਕਦੇ ਕਿਰੇ 5 ਸਾਲ ਬਾਅਦ ਪਾਸਪੋਰਟ ਰੀਨਿਊ ਕਰਾਂ ਥੇ ਯਕੀਨ ਕਰੋ 2 ਦਿਨ 4 ਦਿਨ ਪਹਿਲਾਂ ਆਰਾਮ ਹੀ ਨਹੀਂ ਸਿਆ ਹੁੰਦਾ ਕਿ ਜਾਣਾ ਉੱਥੇ ਲੈਣੇ ਖਲੋਣਾ ਤਕਰੀਬਨ ਮੇਰੇ ਇਹਾ 60 70 ਮੀਟਰ ਲੰਬੀ ਲੈਨ ਉਹ ਵੀ ਇੱਕ ਗਲੀ ਹੁੰਦੀ ਸੀ ਇਸ ਤਰ੍ਹਾਂ ਉਹਦੇ ਵਿੱਚ ਉਹ ਕਿਰੇ ਤੱਕ ਅਸੀਂ ਜਾ ਕੇ ਕੋਲੋਣਾ ਸੀ ਸ਼ਾਇਦ ਆਇਆ ਵੀ ਉਹ سلسلہ ਨਹੀਂ ਹੋਣਾ ਬਹਰ ਥੋੜੀ ਚੇਂਜਿੰਗ ਹੋ ਗਈ ਹੁਣ ਬਹਰ ਉਸ ਵਾਲੇ ਦੀ ਮੈਂ ਗੱਲ ਕਰ ਰਿਹਾ तकरीबन 10 12 ਸਾਲ ਦੀ ਤੇ ਹੁਣ ਰੂਲਸ ਥੋੜੇ ਜੇ ਚੇਂਜ ਹੋ ਰਹੇ ਨੇ ਤੇ ਇੱਥੇ ਜਨਾਬ ਸਵੀਡਨ ਕਿਉਂਕਿ ਬਹੁਤ ਅੱਗੇ ਮੁਲਕ ਹੈ ਨਾ ਯੂਰਪਾ ਤੋਂ ਸਾਰਿਆਂ ਤੋਂ ਇਹਦੇ ਰੂਲਸ ਇੱਥੇ ਦਾ ਸਾਬਕਾਤਬ ਔਰ ਇੱਥੇ ਤੁਸੀਂ ਜਾਂਦੇ ਹੋ ਅੰਬੈਸੀ ਚ ਕੋਈ ਬੰਦਾ ਨਹੀਂ ਬਾਹਰ ਕੋਈ ਲੈਂਡ ਨਹੀਂ ਲੱਗੀ ਤੁਹਾਡਾ ਬਹੁਤ ਅੱਛਾ ਤਾਉਨ ਕਰਦੇ ਨੇ ਮੇਰਾ ਦੋਸਤ ਹਾਲਾਂਕਿ ਅਗਲੇ ਦਿਨ ਗਿਆ ਸੀ ਉਹਨੇ ਆਪਣੇ ਬੇਟੇ ਦਾ ਪਾਸਪੋਰਟ ਬਣਵਾਉਣਾ ਸੀ ਮੇਰੇ ਖਿਆਲੇ ਟੋਟਲੀ ਉਹਨੂੰ 5 ਮਿੰਟ ਨਹੀਂ ਲੱਗੇ ਉੱਥੇ ਅੰਬੈਸੀ ਦੇ ਵਿੱਚ ਉਹਨੇ ਉਹ ਹਾਲਾਂਕਿ ਮੇਰੀ ਵੀ ਉਦਨਾ ਗੱਲ ਹੋਈ ਸੀ ਕਿਉਂਕਿ ਮੈਂ ਆਪਣੇ ਬੇਟੇ ਦਾ ਪਤਾ ਜੀ ਰਜਿਸਟ੍ਰੇਸ਼ਨ ਕਰवानी ਹੈ ਤੇ ਉਸ ਵਾਸਤੇ ਮੰਨੂ ਵੀ ਜ਼ਰੂਰੀ ਸੀ ਤੇ ਉਹ ਹਾਲਾਂਕਿ ਮੈਂ ਜਾਣਾ ਸੀ ਤੇ ਉਹ ਕੁਦਰਤੀ ਮੈਂ ਕਿਹਾ ਚਲੋ ਕਾਲ ਕਰ ਲਾਂ ਪਤਾ ਕਰ ਲਾਂ ਕਿ ਕੀ ਟਾਈਮਿੰਗ ਹੈ ਕੀ ਚੀਜ਼ ਚਾਹੀਦੀ ਹੈ ਕਿ ਮੈਂ ਲੈ ਕੇ ਆਵਾਂ ਜ਼ਰੂਰੀ ਕਿਉਂਕਿ ਇੱਥੇ ਜ਼ਰਾ ਮੁਸ਼ਕਲ ਹੁੰਦਾ ਕੰਮ ਤੋਂ ਛੁੱਟੀ ਕਰਨਾ ਫਿਰ ਜਾਣਾ ਤੇ ਉਹ ਕਾਫੀ ਲੰਬਾ ਛੋੜਾ ਸਾਹ ਬਣ ਜਾਂਦਾ ਤੇ ਉਹ ਲਿਆਜਾ ਕੁਦਰਤੀ ਮੈਂ ਕਾਲ ਕੀਤੀ ਸੀ ਤੇ ਉੱਥੋਂ ਮੈਨੂੰ ਪਤਾ ਲੱਗਾ ਕਿ ਸਵੇਰ ਤੋਂ ਉਹ ਚੇਂਜ ਕਰ ਰਹੇ ਨੇ ਇੱਥੇ ਦੇ ਰੂਲਸ ਵਗੈਰਾ ਕਿਉਂਕਿ ਅੱਗੇ ਉਹ ਕੋਈ ਨਹੀਂ ਸੀ ਜਿਸ ਵਲ ਜਾਓ ਤੁਸੀਂ ਡਾਇਰੈਕਟ ਜਾ ਕੇ ਪਾਸਪੋਰਟ ਜਮਾ ਕਰਾ ਸਕਦੇ ਹੋ ਅ ਸੰ ਬੇਟੇ ਦੀ ਜਾਂ ਕਿਸੇ ਵੀ ਬੱਚੀ ਬੱਚੇ ਦੀ ਰਜਿਸਟ੍ਰੇਸ਼ਨ ਕਰवानी ਉਹ ਵੀ ਕਰਵਾ ਸਕਦੇ ਹੋ ਜਾਣੇ ਤੁਹਾਨੂੰ 2-4 ਮਿੰਟ ਦੇ ਵਿੱਚ ਉਹ ਫਾਰਮ ਕਰ ਦਿੰਦੇ ਲਿਹਾਜ਼ਾ ਉਹਨ ਕੋਰੋਨਾ ਵਾਇਰਸ ਦੀ وجہ ਤੋਂ ਉਹਨਾਂ ਨੇ ਵੀ ਥੋੜੀ ਜਿਹੀ ਰੂਲਸ ਚੇਂਜ ਕੀਤੇ ਨੇ ਕਿਉਂਕਿ ਹਰ ਜਗ੍ਹਾ ਤੇ ਚੇਂਜ ਹੋ ਰਹੇ ਨੇ ਅਸੀਂ ਟੈਕਸ ਆਫਿਸ ਜਾਏ ਐ ਇਮੀਗ੍ਰੇਸ਼ਨ ਜਾ ਵੀ ਮੈਂ ਇਮੀਗ੍ਰੇਸ਼ਨ ਵੀ ਇਨਸ਼ਾਅੱਲਾ ਬਹੁਤ ਜਲਦ ਉਹਤੇ ਵੀ ਵੀਡੀਓ ਬਣਾਵਾਂਗਾ ਜਿਹੜੀ ਮੇਨ ਸਟਾਕ ਕਲੰਬੀਆ ਸਿਟੀਜ਼ ਇਮੀਗ੍ਰੇਸ਼ਨ ਹੈ ਉਹਦੇ ਬਾਰੇ ਵੀ ਮੈਂ ਬਣਾਵਾਂਗਾ ਵੀਡੀਓ ਕਿ ਨਵੇਂ ਰੂਲਸ ਕੀ ਆਏ ਨੇ ਉਹਦੇ ਵਾਸਤੇ ਕਿਸ ਤਰ੍ਹਾਂ ਪੇਪਰ ਜਮ੍ਹਾਂ ਕਰਾਣੇ ਹੁੰਦੇ ਨੇ ਖੈਰ ਲੰਬੀ ਹੋ ਜਾਣੀ ਵੀਡੀਓ ਕਾਫੀ ਮੈਂ ਜ਼ਰਾ ਹਦਰਾ ਹੋਣਾ ਤੇ ਜਨਾਬ ਉਹਨਾਂ ਐਮਬੈਸੀ ਦੇ ਮਸਲਨ ਤੁਸੀਂ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਹੈ ਚਾਹੇ ਵੀਜ਼ੇ ਵਾਸਤੇ ਚਾਹੇ ਪਾਸਪੋਰਟ ਵਾਸਤੇ ਚਾਹੇ ਰਜਿਸਟ੍ਰੇਸ਼ਨ ਵਾਸਤੇ ਔਰ ਐ ਜਨਾਬ ਤੁਹਾਨੂੰ ਨੰਬਰ ਨਜ਼ਰ ਆ ਰਹੇ ਨੇ ਤੁਸੀਂ ਜਾਣ ਤੋਂ ਪਹਿਲਾਂ ਕਾਲ ਕਰਕੇ ਆਪਣਾ ਟਾਈਮ ਬੁੱਕ ਕਰਕੇ ਤਾਂ ਜਾਣਾ ਓੰਜ ਨਹੀਂ ਜਾਣਾ ਕਿਉਂਕਿ ਓੰਜ ਚੱਕਰਗੇ ਤੁਸੀਂ ਟਾਈਮ ਜ਼ਾਇਆ ਕਰੋਗੇ ਆਪਣਾ ਲਿਆਜ਼ਾ ਇਸ ਵਾਸਤੇ ਮੈਂ ਹਾਲਾਂਕਿ ਮੈਂ ਵੀਡੀਓ ਇੱਕ ਹੋਰ ਬਣਾਈ ਸੀ ਮੈਂ ਉਹ ਅਪਲੋਡ ਕਰਨੀ ਸੀ ਮੈਂ ਇਹ ਕਰ ਰਹੇ ਆ ਪਹਿਲਾਂ ਕਿਉਂਕਿ ਮੈਂ ਕਹਾਂ ਚਲੋ ਦੋਸਤਾਂ ਨੂੰ ਇੱਕ ਇਨਫਾਰਮੇਸ਼ਨ ਮਿਲ ਜੇਗੀ ਖਾਸ ਕਰ ਜਿਹੜੇ 스웨ਡਨ ਵਿੱਚ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਇੱਥੇ ਦੇ ਰੂਲਸ ਦਾ ਪਤਾ ਹੈ ਕਿਸ ਤਰ੍ਹਾਂ ਛੁੱਟੀ ਲੈਣੀ ਹੁੰਦੀ ਹੈ ਕਿਸ ਤਰ੍ਹਾਂ ਅਗਰ ਕਿ ਪਤਾ ਹੈ ਛੁੱਟੀ ਲਾਓ ਮਾਲਕਾਂ ਕੋਲ ਤੇ ਦੋ ਤੁਹਾਨੂੰ ਆਖਣ ਵਾਂ ਦੋ ਹੋਰ ਕਰ ਲੈ ਵਾ ਕੰਮ ਦਾ ਸਿਲਸਿਲਾ ਇਸ ਤਰ੍ਹਾਂ ਹੁੰਦਾ ਹੈ ਕਿ ਕਿਉਂਕਿ ਤੁਸੀਂ ਅਗਰ ਇੱਕ ਜਗ੍ਹਾ ਤੇ ਫਸੇ ਹੋ ਕੰਮ ਤੇ ਉੱਥੇ ਅਗਰ ਕੋਈ ਹੋਰ ਦੂਸਰਾ ਬੰਦਾ ਆ ਗਿਆ ਫਿਰ ਉਹ ਥੋੜਾ ਜਿਹਾ ਸਾਕਬਤਬ ਹੋਰ ਤਰ੍ਹਾਂ ਹੋ ਜਾਂਦਾ ਤੇ ਉਹ ਇਸ ਤਰ੍ਹਾਂ ਦਾ ਸਾਫਸੀ ਔਰ ਇੱਕ ਹੋਰ ਮੈਨੂੰ ਯਾਦ ਆਇਆ ਕੰਸਟਰਕਸ਼ਨ ਦਾ ਕੰਮ ਕਿਉਂਕਿ ਮੈਂ ਕਰਨਾ ਮੇਰੇ ਭਾਈ ਦੋਸਤ ਨੇ ਮੈਨੂੰ ਇੱਕ ਕਮੈਂਟਸ ਕੀਤੇ ਸੀ ਇੱਕ ਨੇ ਕਿ ਤੁਸੀਂ ਕਿੰਨੀ تنہا ਲੈਂਦੇ ਹੋ ਕਿ ਸਾਕਬਤਬ ਮੈਂ ਹਮੇਸ਼ਾ ਤੁਹਾਨੂੰ ਅੱਗੇ ਵੀ ਕਿਹਾ ਹਰ ਬੰਦੇ ਦੀ تنہا ਵકરી ਹੁੰਦੀ ਹਰ ਇੱਕ ਬੰਦੇ ਦੀ ਹੁਣ ਤੁਸੀਂ ਪਾਕਿਸਤਾਨ ਪट्रोल ਪੰਪ ਤੇ ਸਾਬ ਲਾ ਲੋ ਪੰਜ ਛੇ ਬੰਦੇ ਹੁੰਦੇ ਨੇ ਉਹ ਸਾਰੇ ਇੱਕੋ ਜਿਹੇ ਨਹੀਂ ਲੈ ਰਹੇ ਹੁੰਦੇ ਇੱਕ ਜਿਹੜਾ ਕੀ ਪਤਾ ਉਹਨੂੰ 33 ਸਾਲ ਹੋਏ ਨੇ ਉਹਦੀ ਵਕਰੀ ਇੱਕ 6 ਮਹੀਨੇ ਹੋਏ ਨੇ ਉਹਦੀ ਵਕਰੀ ਇਸ ਤਰ੍ਹਾਂ ਪਲੀਜ਼ ਇਹੋ ਜਿਹੇ ਸਵਾਲ ਥੋੜੇ ਜੇ ਅੱਛੇ ਨਹੀਂ ਲੱਗਦੇ ਆ ਕਿਉਂਕਿ ਉਹ ਡਿਪੈਂਡ ਕਰਦੇ ਹੁਣ ਉਹਤੇ ਕਾਰਪੇਟਰ ਮੇਰੇ ਨਾਲ ਕੰਮ ਕਰਦੇ ਨੇ ਉਹ 28000 ਕਰੋੜ ਲੈ ਰਹੇ ਨੇ 28000 ਕਰੋੜ ਉਹ ਕਿੰਨੇ ਬਣ ਜਾਂਦੇ ਨੇ ਐ 5 ਕੋ ਲੱਖ ਰੁਪਇਆ 5 ਲੱਖ ਦੇ ਨਜ਼ਦੀਕ ਕਰ ਲੋ ਮਹੀਨੇ ਦਾ ਲੈ ਰਹੇ ਤੇ ਹੁਣ ਅਸੀਂ ਉਹਨਾਂ ਦਾ ਮੁਕਾਬਲਾ ਤੇ ਨਹੀਂ ਕਰ ਸਕਦੇ ਉਹਨਾਂ ਸੀ ਕਿ ਕਿ ਅਸੀਂ ਉਹਦੇ ਵਾਸਤੇ ਲੈਂਗੁਏਜ ਚਾਹੀਦੀ ਏ ਫਿਰ ਕੋਰਸ ਚਾਹੀਦਾ ਏ ਨਹੀਂ ਕਿ ਅਗਰ ਕਿਸੇ ਨੂੰ ਕਾਰਪੋਰੇਟਰ ਦਾ ਪਤਾ ਹੈ ਕਿ ਮੈਂ ਕੰਮ ਜਾਣਨਾ ਤੇ ਉਹ ਭੱਜ ਗਿਆ ਤੇ ਕਾਫੀ ਦੋਸਤ ਕੰਮ ਜਾਣਦੇ ਨੇ ਬਹਰਲ ਜ਼ੁਬਾਨ ਤੋਂ ਆ ਕੇ ਮਸਲਾ ਬਣ ਜਾਂਦਾ ਏ ਔਰ ਦੂਸਰੀ ਗੱਲ ਹੈ ਡਿਪਲੋਮਾ ਚਾਹੀਦਾ ਏ ਤੇ ਔਰ ਉਹ ਮੈਂ ਵੇਖਣਾ ਵਾਕਈ ਕੋਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਹਮਣੇ ਨਜ਼ਰ ਆਉਂਦੀ ਹੁੰਦੀਆਂ ਨੇ ਮੈਨੂੰ 3 ਸਾਲ ਹੋ ਚੱਲੇ ਨੇ ਇਸ ਕੰਮ ਵਿੱਚ ਔਰ ਮੈਂ ਸਾਹਮਣੇ ਵੇਖਣਾ ਕੁੜੀਆਂ ਉਹ ਮੂੜੇ ਸਭ ਕੰਮ ਲੱਗੇ ਹੁੰਦੇ ਨੇ ਬੜਾ ਲੋ ਉਹ ਉਹ ਜਾਣਦੇ ਹੁੰਦੇ ਨੇ ਕੰਮ ਕਦੇ ਉਹਨਾਂ ਨੂੰ ਕਾਰਪੇਟ ਤੇ ਲਾਏ ਹੁੰਦੇ ਨੇ ਕਦੇ ਉਹ ਉਧਰ ਉਹ ਕੰਧਾਂ ਬਣਾਉਂਦੇ ਹੁੰਦੇ ਨੇ ਫਿਰ ਕਦੇ ਜਨਾਬ ਮੇਰੀ ਆਰ ਕੰਮ ਉਹ ਤੇ ਕੰਸਟਰਕਸ਼ਨ ਦਾ ਮੁxtਲਫ ਹੁੰਦਾ ਇੱਕ ਕੰਮ ਨਹੀਂ ਹੁੰਦਾ ਬੜੇ ਬਰੀਕੀ ਵਾਲੇ ਹੁੰਦੇ ਨੇ ਤੇ ਉਹ ਸਾਰੇ ਕੰਮ ਜਨਾਬ ਉਹਨਾਂ ਨੂੰ ਡਿਪਲੋਮੇ ਲੈ ਹੁੰਦੇ ਨੇ ਜਾਣਦੇ ਹੁੰਦੇ ਨੇ ਹਾਲਾਂਕਿ ਅਕਸਰ ਮੈਂ ਕਈਆਂ ਨੂੰ ਵੇਖਣਾ ਤੇ ਮੈਂ ਸਵਾਲ ਹੁੰਦਾ ਕਿ ਯਾਰ ਤੂੰ ਤੇ ਉਹ ਕੰਮ ਕਰ ਰਿਹਾ ਸੀ ਜਾਂ ਜਿੱਦੜ ਕਿਧਰ ਚੇਂਜ ਹੋਇਆ ਤੂੰ ਉਹ ਕਹਿੰਦੇ ਨੇ ਜੀ ਅਸੀਂ ਇਹ ਵੀ ਜਾਣਨੇ ਅਸੀਂ ਸਾਰੇ ਜਾਣਨੇ ਆ ਕੰਮ ਹੈ ਜਿਹੜਾ ਕੰਸਟਰਕਸ਼ਨ ਦਾ ਤੇ ਉਹ ਲਿਆ ਜਾਉ ਦੇ ਵਿੱਚ ਸਾਰਾ ਕੁਝ ਆ ਜਾਂਦਾ ਤੇ ਅੱਗੇ ਮੈਂ ਤੁਹਾਨੂੰ ਦੱਸਿਆ ਅਗਰ ਤੁਸੀਂ ਮਿਹਨਤ ਕਰਦੇ ਹੋ ਉਹਦਾ ਫਲ ਜ਼ਰੂਰ ਮਿਲਦਾ ਤੁਹਾਨੂੰ ਹਾਂਜੀ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਯਾਰ ਇਹ ਇਤਨੇ ਲੈ ਰਹੇ ਉਹ ਇਸ ਤਰ੍ਹਾਂ ਉਹ ਬੰਦੇ ਤੇ ਡਿਪੈਂਡ ਕਰਦਾ ਹੁਣ ਮੈਂ ਜ਼ਿਆਦਾਤਰ ਬੰਦੇ ਉਹਤੇ ਮੇਰੇ ਜਿਹੜੇ ਵੇਖੇ ਨੇ ਪੋਲੈਂਡ ਅਸ਼ਬਕਿਸਤਾਨ ਇੱਥੇ ਦੇ ਨੇ ਬਹਰ ਲੋਕਾਂ ਦੀ ਜ਼ੁਬਾਨ ਤੋਤੇ ਹਰ ਬੋਲਦੇ ਨੇ ਹੁਣ ਕੀ ਕਰੀਆ ਹੁਣ ਅਸੀਂ ਗ੍ਰੀਕ ਲੈਂਗੁਏਜ ਸਿੱਖੀਏ 16-17 ਸਾਲ ਯਕੀਨ ਕਰੋ ਸਾਨੂੰ ਕੁਛ ਸਵੇਡਾ ਛੱਕੇ ਸਾਨੂੰ ਬੁਖਾਰ ਚੜ ਜਾਂਦਾ ਕੋ ਯਾਰ ਹੁਣ ਸਵੇਡਾ ਹੀ ਸਿੱਖਣੀ ਪਵੇਗੀ ਕਿੱਧਰ ਜਾਵਾਂ ਕੀ ਕਰਾਂਗੇ ਉਹ ਜ਼ਿਹਨ ਤੇ ਇੱਕ ਸਹੀ ਗੱਲ ਹੈ ਕੋ ਮਸਾ ਮਸਾ ਕਰਕੇ ਨਾ ਉਹ ਗ੍ਰੀਕ ਲੈਂਗੁਏਜ ਆਈਏ ਯੂਨਾਨ ਦੇ ਜਪਾਨ ਜਿਹੜੀ ਪeo ਇਸ ਵਾਸਤੇ ਕਹਿ ਰਿਹਾ ਮੈਂ ਕਿ ਸਾਨੂੰ ਉਥੇ ਬੜੀ ਮਿਹਨਤ ਕੀਤੀ ਹਾਲਾਂਕਿ ਯੂਨਾਨ ਦੀ ਲੈਂਗੁਏਜ 스ਵੇਡਿਸ਼ ਲੈਂਗੁਏਜ ਨਾਲੋਂ ਹਜ਼ਾਰ ਗੁਣਾ ਜਿਹੜੀ ਇਹ ਮੁਸ਼ਕਲ ਹੈ ਉਹਨਾਂ ਨੂੰ ਪਤਾ ਜਿਹੜੇ ਯੂਨਾਨ ਨੇ ਵਿਚਾਰੇ ਤੇ ਉਹ ਬੜਾ ਲੋ ਬੜੀ ਮੁਸ਼ਕਲ ਨਾਲ ਜੀਨਾ ਮੇਰੀ ਉਹ ਸਿੱਖੀ ਹੁਣ ਇੱਥੇ ਆਏ ਆ ਇੱਥੇ ਸੋਚਿਆ ਸੀ ਕਿ ਚਲੋ ਮੇਰਾ ਬੜਾ ਦਿਲ ਸੀ ਸਕੂਲ ਜਾਣ ਤੇ ਕਿਉਂਕਿ ਮੇਰਾ ਦਿਲ ਸੀ ਮੈਂ 6 ਮਹੀਨੇ ਸਕੂਲ ਜਾਵਾਂ ਬਰਲ ਨਹੀਂ ਜਾ ਸਕਿਆ ਕਿਉਂਕਿ ਕੰਮ ਦੀ ਰੁਟੀਨ ਫਿਰ ਆਪਣਾ ਕਾਰ ਹੋਵੇ ਉਹਦੇ ਤੇ ਰੈਂਟ ਦੇਣਾ ਕਰਨਾ ਉਹ ਬਹੁਤ ਸਾਰਾ ਫਿਰ ਹਿਸਾਬ ਬਣ ਜਾਂਦਾ ਆ ਅਗਰ ਤੁਸੀਂ ਸਿੰਗਲ ਹੋ ਬੇਬੀ ਦੀਆਂ ਵਿਆਹਾਂ ਥੋੜੀਆਂ ਬਲੀਆਂ ਆ ਰਹੀਆਂ ਨੇ ਰੋ ਅਗਰ ਤੁਸੀਂ ਸਿੰਗਲ ਹੋ ਤੇ ਤੁਸੀਂ ਜ਼ਰੂਰ ਸਕੂਲ ਜਾਵਿਓ ਇਹ ਮੇਰੀ ਗੱਲ ਯਾਦ ਰੱਖਣੀ ਔਰ ਆਮਦਿਆਂ ਟਾਈਮ ਨਹੀਂ ਜਾਇਆ ਕਰਨਾ ਗੱਲ ਸੁਣ ਲਵਿਓ ਔਰ ਅਗਰ ਤੁਸੀਂ 6 ਮਹੀਨੇ ਸਕੂਲ ਜਾਵੋਗੇ ਤੁਸੀਂ ਜ਼ਿੰਦਗੀ ਆਪਣੀ ਚੇਂਜ ਕਰ ਲੋਗੇ ਔਰ ਬਾਕੀ ਜਨਾਬ ਵੀਡੀਓ ਕਾਫੀ ਮੇਰੀਆਂ ਗੱਲਾਂ ਵਿੱਚ ਲੰਬੀ ਹੋ ਗਈ ਏ ਕਿਉਂਕਿ ਮੈਂ ਕੁਝ ਚੀਜ਼ਾਂ ਜਿਹੜੀਆਂ ਕਾਫੀ ਸਾਰੇ ਔਰ ਕਾਮਰਸ ਨੇ ਉਹਨਾਂ ਦੇ ਜਵਾਬ ਜਿਹੜੇ ਨੇ ਮੈਂ ਵਾਕਈ ਦੇਣੇ ਨੇ ਔਰ ਇਨਸ਼ਾਅੱਲਾ ਮੈਂ ਬਹੁਤ ਜਲ ਦਵਾਗਾ ਤੇ ਐਸੀ ਜਨਾਬ ਅੰਬੈਸੀ ਦੇ ਹਵਾਲੇ ਨਾਲ ਗੱਲ ਔਰ ਮੈਂ ਚਾਹਨਾ ਕਿ ਜਿਹੜੇ ਦੋਸਤ ਅੰਬੈਸੀ ਜਾਣਾ ਚਾਹੁੰਦੇ ਨੇ ਪਾਸਪੋਰਟ ਵੀਜ਼ੇ ਕਿਸੇ ਵੀ ਚੀਜ਼ ਵਾਸਤੇ ਪਲੀਜ਼ ਉਹ ਐਨ ਨੰਬਰ ਸਾਹਮਣੇ ਨਜ਼ਰ ਆ ਰਿਹਾ ਹੈ ਯਾਦ ਰੱਖਣਾ ਕਾਲ ਕਰਕੇ 2 ਤੋਂ 4 ਦੇ ਦਰਮਿਆਨ ਕਾਲ ਕਰਨੀ ਔਰ ਆਪਣਾ ਟਾਈਮ ਬੁੱਕ ਕਰਕੇ ਤਾਂ ਜਾਣਾ ਮੈਸੇਜ ਵਰਨਾ ਉੱਤੇ ਤੁਸੀਂ ਅਗਰ ਜਾਓਗੇ ਉਹਨਾਂ ਨੇ ਕੋਈ ਨਹੀਂ ਜੀ ਸੁਣਨੀ ਗੱਲ ਔਰ ਉਹਨਾਂ ਨੇ ਬਕਾਇਦਾ ਵੈਬਸਾਈਟ ਤੇ ਵੀ ਤੁਸੀਂ مار کے دیکھ لو امبیسی اسلام پاکستان امبیسی ان سوئڈن ਤੁਸੀਂ ਮਾਰੋਗੇ ਵੈਬਸਾਈਟ ਤੇ ਬਕਾਇਦਾ ਉਹਨਾਂ ਨੇ ਲਿਖ ਕੇ ਲਾਏ ਤੇ ਮੈਂ ਕਿਹਾ ਇੱਕ ਛੋਟੀ ਜੀ ਮਾਲੂਮਾਤ ਮਿਲੀ ਤੇ ਮੈਂ ਚਲੋ ਦੋਸਤਾਨਾ ਸ਼ੇਅਰ ਕਰਾਂ ਤੇ ਇਨਸ਼ਾਅੱਲਾ ਨਵਾਂ ਵੀਡੀਓ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਦਵਾਵਾਂ ਯਾਦ ਰੱਖਣਾ ਰੱਬ ਸੋਹਣੇ ਦੇ ਵਾਲੇ